ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀਵੀ 'ਤੇ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਟੈਲੀਵਿਜ਼ਨ ਦੇ ਬਿਗੈਸਟ ਰਿਐਲਿਟੀ ਸ਼ੋਅ ਬਿਗ ਬੋਸ 13 ਦੀ। ਬਿਗ ਬੋਸ ਦੇ ਘਰ ਵਿੱਚ ਮੁੜ ਵਾਪਸ ਆਈ ਨਿਊਜ਼ ਟੀਵੀ ਐਂਕਰ ਸ਼ੈਫਾਲੀ ਬੱਗਾ ਨੇ ਕੱਲ੍ਹ ਸਾਰੇ ਕੰਟੈਸਟੈਂਟਸ ਨੂੰ ਇਰੀਟੇਟ ਕਰ ਦਿੱਤਾ। ਉਹਨਾਂ ਨੇ ਭਾਂਡੇ ਖੜਕਾ ਖੜਕਾ ਕੇ ਸਾਰੇ ਕੰਟੈਸਟੈਂਟਸ ਨੂੰ ਉਹਨਾਂ ਦੀ ਨੀਂਦ ਤੋਂ ਵਾਂਝੇ ਰੱਖਿਆ, ਜਿਸ ਤੋਂ ਬਾਅਦ ਘਰ ਦੇ ਕੈਪਟਨ ਵਿਕਾਸ ਗੁਪਤਾ ਨੇ ਸ਼ੈਫਾਲੀ ਨੂੰ ਚੱਕ ਕੇ ਟੋਇਲਟ ਦੇ ਵਿੱਚ ਬੰਦ ਕਰ ਦਿੱਤਾ, ਜਿਸ ਤੋਂ ਬਾਅਦ ਸਾਰੇ ਕੰਟੈਸਟੈਂਟਸ ਚੈਨ ਦੀ ਨੀਂਦ ਲੈ ਪਾਏ। ਤੁਸੀਂ ਵੀ ਦੇਖੋ ਦੈਨਿਕ ਸਵੇਰਾ ਟੀਵੀ ਦੀ ਇਹ ਖਾਸ ਰਿਪੋਰਟ। ਬਿਗ ਬੋਸ ਦੇ ਘਰ ਵਿੱਚ ਆਏ ਦਿਨ ਟਾਸਕ ਹੁੰਦੇ ਰਹਿੰਦੇ ਨੇ ਤੇ ਹਾਲ ਹੀ 'ਚ ਹੋਏ ਚੂਹਾ ਬਿੱਲੀ ਟਾਸਕ ਦੇ ਦੌਰਾਨ ਸ਼ੈਫਾਲੀ ਬੱਗਾ ਦੀ ਰਸ਼ਮੀ ਦੇਸਾਈ ਨਾਲ ਹੋ ਗਈ ਲੜਾਈ, ਜਿਸ ਤੋਂ ਬਾਅਦ ਸ਼ੈਫਾਲੀ ਦੀ ਆਪਣੀ ਟੀਮ ਨੇ ਉਸਨੂੰ ਸਪੋਰਟ ਨਹੀਂ ਕੀਤਾ ਤੇ ਸ਼ੈਫਾਲੀ ਬੱਗਾ ਦੀ ਓਪੋਨੈਂਟ ਟੀਮ ਨੇ ਸ਼ੈਫਾਲੀ ਦਾ ਤਮਾਸ਼ਾ ਬਣਾ ਦਿੱਤਾ, ਜਿਸ ਤੋਂ ਬਾਅਦ ਉਹ ਕਾਫੀ ਇਰੀਟੇਟ ਹੋ ਗਈ ਤੇ ਉਹਨੇ ਆਪਣਾ ਇਰੀਟੇਸ਼ਨ ਲੈਵਲ ਘਟਾਉਣ ਲਈ ਘਰ ਦੇ ਸਾਰੇ ਕੰਟੈਸਟੈਂਟ ਨੂੰ ਰਾਤ ਨੂੰ ਬਰਤਨ ਖੜਕਾ ਕੇ ਤੇ ਉਹਨਾਂ ਦੀਆਂ ਰਜਾਈਆਂ ਖਿੱਚ ਖਿੱਚ ਕੇ ਉਹਨਾਂ ਨੂੰ ਨੀਂਦ ਤੋਂ ਜਗਾ ਕੇ ਇਰੀਟੇਟ ਕਰਨਾ ਸ਼ੁਰੂ ਕਰ ਦਿੱਤਾ। ਘਰ ਦੇ ਕੈਪਟਨ ਵਿਕਾਸ ਗੁਪਤਾ ਨੇ ਸ਼ੈਫਾਲੀ ਨੂੰ ਚੁੱਕ ਕੇ ਵਾਸ਼ਰੂਮ ਵਿੱਚ ਬੰਦ ਕਰ ਦਿੱਤਾ, ਜਿਸ ਤੋਂ ਬਾਅਦ ਘਰ 'ਚ ਬਵਾਲ ਮੱਚ ਗਿਆ। ਕੁਝ ਕੰਟੈਸਟੈਂਟ ਸੋ ਪਾਏ ਤੇ ਕੁਝ ਇਸ ਇੰਟਰਸਟਿੰਗ ਤਮਾਸ਼ੇ ਨੂੰ ਦੇਖਣ ਵਿੱਚ ਮਸ਼ਰੂਫ ਦਿਖੇ। ਜਦੋਂ ਸਿਧਾਰਥ ਤੇ ਵਿਕਾਸ ਨੇ ਉਸਨੂੰ ਵਾਸ਼ਰੂਮ 'ਚੋਂ ਬਾਹਰ ਕੱਢਿਆ ਤਾਂ ਵੀ ਉਹਦਾ ਇਹ ਡਰਾਮਾ ਖਤਮ ਨਹੀਂ ਹੋਇਆ ਤੇ ਸਵੇਰੇ ਵੀ ਸ਼ੈਫਾਲੀ ਨੇ ਕੰਟੈਸਟੈਂਟ ਨੂੰ ਇਰੀਟੇਟ ਕਰਨਾ ਕੰਟੀਨਿਊ ਹੀ ਰੱਖਿਆ। ਸ਼ੈਫਾਲੀ ਸਵੇਰੇ ਵੀ ਆਪਣੇ ਇਸ ਇਰੀਟੇਟਿੰਗ ਮੋਡ ਦੇ ਵਿੱਚ ਬਣੀ ਰਹੀ ਤੇ ਸ਼ਹਿਨਾਜ਼ ਗਿੱਲ ਵੀ ਉਹਨੂੰ ਸਪੋਰਟ ਕਰਦੀ ਰਹੀ, ਪਰ ਸਿਧਾਰਥ ਸ਼ੁਕਲਾ ਤੇ ਮਾਹਿਰਾ ਸ਼ਰਮਾ ਨੇ ਸ਼ੈਫਾਲੀ ਨੂੰ ਸਮਝਾਇਆ ਕਿ ਇਹ ਸਭ ਕਰਨਾ ਉਹਦੀ ਇਮੇਜ ਲਈ ਕਾਫੀ ਗਲਤ ਹੈ। ਤੁਹਾਡੀ ਕੀ ਇਸ ਬਾਰੇ ਰਾਏ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸਿਸ ਦੇ ਵਿੱਚ, ਤੇ ਨਵੀਆਂ ਤੇ ਲੇਟੈਸਟ ਅਪਡੇਟਸ ਲਈ ਤੁਸੀਂ ਬਣੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ, ਤੇ ਐਂਟਰਟੇਨਮੈਂਟ ਦੀਆਂ ਹੋਰ ਖਬਰਾਂ ਲਈ ਜ਼ਰੂਰ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਸਵੇਰਾ ਸਟਾਰ ਟਾਕਸ। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ, ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਣਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ ਚਾਰ ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।